ਬਾਡੀ ਤੁਸੀਂ ਇਸ ਕਰਕੇ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਵਧੀਆ ਦੇਖ ਸਕੋ ਆਪਣੀ ਸ਼ਰਟ ਲਾ ਸਕੋ ਪਰ ਜੇ ਬਾਡੀ ਤੇ ਐਡੇ ਗਲਤ ਤਰੀਕੇ ਦੇ ਰਿਐਕਸ਼ਨ ਹੋ ਜਾਣ ਤੇ ਤੁਹਾਨੂੰ ਸ਼ਰਟ ਲਾਉਣ ਲੱਗੇ ਵੀ ਸ਼ਰਮ ਆਵੇ ਫਿਰ ਉਹ ਬਾਡੀ ਕਾਦੀ ਆ ਲਿਸਨ ਤੁਸੀਂ ਰੇਸ ਵਿੱਚ ਨਾ ਪੋ ਕਿ ਫਲਾਣੀ ਦੀ ਬਾਡੀ ਬਹੁਤ ਵਧੀਆ ਵਾ ਤੇ ਤੁਸੀਂ ਉਹਦੇ ਵਰਗੇ ਦਿਖਣਾ ਚਾਹੁੰਦੇ ਆ ਜਦਕਿ ਉਸ ਬੰਦੇ ਨੂੰ 10 ਸਾਲ ਹੋ ਗਿਆ ਟ੍ਰੇਨਿੰਗ ਲੰਦਿਆ ਨੂੰ ਪਰ ਤੁਸੀਂ ਉਹੀ 10 ਸਾਲ ਦੇ ਟਾਈਮ ਨੂੰ ਸਕਵੀਜ਼ ਕਰਕੇ 2-3 ਸਾਲ ਦੇ ਵਿੱਚ ਉਹਦਾ ਦੀ ਬਾਡੀ ਕੱਢਣਾ ਚਾਹੁੰਦੇ ਆ ਜਿਸ ਚੱਕਰ ਦੇ ਵਿੱਚ ਤੁਸੀਂ ਉਹ ਕੈਮੀਕਲ ਯੂਜ਼ ਕਰਦੇ ਆ ਜਿਹੜੀ ਤੁਹਾਡੀ ਬੋਡੀ ਤੇ ਬੈਕਫਾਇਰ ਕਰ ਸਕਦੇ ਆ ਤੇ ਸ਼ਾਇਦ ਤੁਹਾਡਾ ਹਾਰਟ ਜਾਂ ਤੁਹਾਡੀ ਬੋਡੀ ਉਹ ਚੀਜ਼ ਨੂੰ ਚੱਲ ਨਾ ਪਾਵੇ ਇਹ ਰੇਸ ਕਦੇ ਨਹੀਂ ਖਤਮ ਹੋਣੀ ਕਿ ਮੇਰਾ ਡੋਲਾ ਜਿਆਦਾ ਵੱਡਾ ਵਾ ਤੇ ਮੈਂ ਇੰਨਾ weight ਚੱਕ ਲੈਣਾ ਵਾ ਇਹ ਰੇਸ ਦੇ ਵਿੱਚ ਬੈਕੇ ਕਾਫੀ ਲੋਕਾਂ ਦੇ ਬਾਡੀ ਦੇ ਸਟਰਕਚਰ ਇੰਨੇ ਫਨੀ ਬਣੇ ਪਿਆ ਛਾਤੀਆਂ ਛੋੜੀਆਂ ਛੋੜੀਆਂ ਵਾਂ ਬਾਹਾਂ ਏਡੀਆਂ ਏਡੀਆਂ ਵਾਂ ਜਿਆਦਾ ਭਾਰ ਚੱਕਣ ਦੀ ਰੇਸ ਦੇ ਵਿੱਚ ਲੋਕਾਂ ਨੇ ਡੈੱਡ ਲਿਫਟਸ ਦੀ ਗਲਤ ਫਾਰਮ ਲਾ ਲਾ ਕੇ ਆਪਣੀਆਂ ਬੈਕਾਂ ਬਹੁਤ ਬੁਰੇ ਤਰੀਕੇ ਨਾਲ ਇੰਜਰਡ ਕੀਤੀਆਂ ਪਈਆਂ ਆ ਜਿੱਦਨ ਤੁਸੀਂ ਇਹ ਜੀ ਸਮਝ ਗਏ ਕਿ ਕਾਫੀ ਚੀਜ਼ਾਂ ਦੇ ਵਿੱਚ ਸਕਸੈਸ ਦਾ ਮਤਲਬ ਦੂਜੇ ਬੰਦੇ ਤੋਂ ਅੱਗੇ ਲੰਘਣਾ ਨਹੀਂ ਹੁੰਦਾ ਜਦਕਿ ਆਪਣੇ ਆਪ ਨੂੰ ਤੇ ਆਪਣੇ ਸਰਕਮਸਟੈਂਸਸ ਨੂੰ ਬੈਟਰ ਕਰਨਾ ਹੁੰਦਾ ਵਾ ਉਦੋਂ ਤੁਸੀਂ ਆਪਣੇ ਦਿਮਾਗ ਨੂੰ ਜੇਜੋਗੇ